ਜੇ ਰਲ ਮਿਲ ਕੇ ਕੰਮ ਕਰੀਏ ਤਾਂ ਪੰਜਾਬ ਦੇ ਵਿੱਚ ਨਾ ਨਸ਼ਾ ਵਿਕੇ ਨਾ ਇੱਥੇ ਬਲਾਤਕਾਰ ਹੋਣ। ਪਰ ਦੂਰੀਆਂ ਬਹੁਤ ਵਧਾ ਲਈਆਂ ਨੇ, ਇੱਕ ਦੂਜੇ ਨੂੰ ਨਫ਼ਰਤ ਦੀ ਭਾਵਨਾ ਨਾਲ ਦੇਖਦੇ ਹਾਂ। ਜੇ ਇਕੱਠੇ ਹੋ ਕੇ ਪ੍ਰਸ਼ਾਸਨ ਅਤੇ ਪੰਜਾਬ ਦੇ ਜੋ ਮੌਤਬਾਰ ਬੰਦੇ ਜੋ ਲੜਨਾ ਚਾਹੁੰਦੇ ਆ ਇਹ ਲੜਾਈਆਂ, ਜੋ ਪੰਜਾਬ ਨੂੰ ਅੱਗੇ ਲਿਜਾਣਾ ਚਾਹੁੰਦੇ, ਜੇ ਇਕੱਠੇ ਹੋ ਕੇ ਲੜਨ ਤਾਂ ਕਿਸੇ ਦੀ ਜ਼ਰੂਰਤ ਨਹੀਂ ਕੋਈ ਆ ਬੂਬਣਾ ਬਲਾਤਕਾਰ ਕਰ ਦੂ ਸਾਡੀ ਧੀ ਭੈਣ ਨਾਲ, ਕੋਈ ਇੱਥੇ ਚਿੱਟੇ ਵਾਲਾ ਨਸ਼ਾ ਵੇਚ ਜੂਗਾ ਪੂਰਾ ਵੀ। ਪਰ ਸਾਡੇ 'ਚ ਸਰਕਾਰਾਂ ਨੇ ਦੂਰੀਆਂ ਵਧਾ ਦਿੱਤੀਆਂ ਨੇ, ਅਸੀਂ ਜਿਹੜੇ ਲੜਨ ਵਾਲੇ ਹਾਂ ਇੱਕ ਦੂਜੇ ਦੁਸ਼ਮਣ ਬਣਾ ਦਿੱਤੇ ਹਾਂ। ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਇਹਨਾਂ ਸਰਕਾਰਾਂ ਦੀ ਗੁਲਾਮੀ ਛੱਡ ਕੇ ਨਿਕਲ ਕੇ ਸੱਚਾਈ ਦੇ ਰਾਹ 'ਤੇ ਚੱਲੋ, ਅਤੇ ਜਿਹੜਾ ਬੰਦਾ ਬਲਾਤਕਾਰ ਕਰਦਾ ਉਹਤੇ ਬਲਾਤਕਾਰ ਦਾ ਪਰਚਾ ਪਾਓ, ਜਿਹੜਾ ਬੰਦਾ ਚਿੱਟਾ ਵੇਚਦਾ ਉਹ ਚਿੱਟੇ ਦਾ ਪਾਓ, ਝੂਠੇ ਪਰਚੇ ਨਾ ਪਾਓ, ਅਤੇ ਉਹਨਾਂ ਦੇ ਪਰਚੇ ਨਾ ਪਾਓ ਜਿਹੜੇ ਪੰਜਾਬ ਲਈ ਲੜਨਾ ਚਾਹੁੰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ, ਅਤੇ ਅੱਜ ਮੈਂ ਗੱਲ ਆ ਨਾ ਜਿਹੜੀ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਦੀ ਕਰਨੀ ਹੈ ਕਿ ਇਹ ਉਹ ਸਿੰਘ ਹੈ ਜਿਹੜਾ ਹਮੇਸ਼ਾ ਸਿੱਖ ਕੌਮ ਦੇ ਨਾਲ ਖੜਦਾ ਆ। ਇਕੱਲੇ ਸਿੱਖ ਕੌਮ ਦੇ ਨਾਲ ਹੀ ਨਹੀਂ, ਇਹ ਪੂਰੇ ਪੰਜਾਬੀਆਂ ਦੇ ਨਾਲ, ਹਰ ਇੱਕ ਧਰਮ ਦੇ ਨਾਲ। ਜਿੱਥੇ ਕਿਤੇ ਧੱਕਾ ਹੁੰਦਾ ਮੈਂ ਦੇਖਦਾ ਹੀ ਹੁੰਦਾ ਕਿ ਇਹ ਉੱਥੇ ਜਾ ਕੇ ਖੜ ਜਾਂਦਾ। ਇਹ ਸਾਡਾ ਭਰਾ ਬਹੁਤ ਹੀ ਦਲੇਰ ਹੈ, ਅੱਜ ਤੱਕ ਮੈਂ ਕਦੇ ਇਹਨਾਂ ਦੇ ਅੱਖ 'ਚੋਂ ਹੰਝੂ ਨਹੀਂ ਦੇਖਿਆ ਸੀ। ਅੱਜ ਜੇ ਇਹਨਾਂ ਦੀ ਅੱਖ 'ਚੋਂ ਹੰਝੂ ਆਏ ਨੇ ਤਾਂ ਬਹੁਤ ਵੱਡਾ ਕਾਰਨ ਹੋ ਸਕਦਾ, ਕਿਉਂਕਿ ਇੰਨੇ ਦਲੇਰ ਬੰਦੇ ਦੇ ਅੱਖ 'ਚੋਂ ਹੰਝੂ ਆਏ ਨੇ ਤਾਂ ਸਮਝ ਲਓ ਕਿ ਯਾਰ ਅੱਜ ਇਹ ਬੰਦਾ ਅੰਦਰੋਂ ਟੁੱਟ ਚੁੱਕਿਆ। ਮੈਂ ਇਹ ਪੁੱਛਣਾ ਚਾਹੁੰਦਾ ਕਿ ਜਿਹੜੇ ਬੰਦਿਆਂ ਨੇ ਰੋਣਾ ਸੀ ਉਹ ਤਾਂ ਅੱਜ ਬਿਲਕੁਲ ਸ਼ਾਂਤ ਬੈਠੇ ਹੈ, ਉਹਨਾਂ ਨੂੰ ਕੋਈ ਦੁੱਖ ਨਹੀਂ ਤਕਲੀਫ਼ ਨਹੀਂ। ਜਿਹੜੇ ਬੰਦਿਆਂ ਨੇ ਬਲਾਤਕਾਰ ਕੀਤੇ, ਜਿਨ੍ਹਾਂ ਨੇ ਸਿੱਖੀ ਦਾ ਘਾਣ ਕੀਤਾ, ਜਿਨ੍ਹਾਂ ਨੇ ਸਾਡੀ ਕੌਮ ਨੂੰ ਕਿੱਥੇ ਤੱਕ ਲਿਆਂਦਾ, ਜਿਹੜੇ ਗੋਲਕ ਖਾ ਗਏ, ਸਭ ਕੁਛ ਖਾ ਗਏ ਯਾਰ, ਉਹ ਬੰਦੇ ਤਾਂ ਅੱਜ ਨਜ਼ਾਰੇ ਲੈ ਰਹੇ ਨੇ ਕਿਹਦੇ ਸਿਰ 'ਤੇ, ਸਾਡੀ ਸੰਸਥਾ ਦੇ ਸਿਰ 'ਤੇ, SGPC ਦੇ ਸਿਰ 'ਤੇ। ਪਰ ਜਿਹੜੇ ਬੰਦੇ ਅੱਜ ਕੌਮ ਦੀ ਲੜਾਈ ਲੜ ਰਹੇ ਨੇ, ਹਿੱਕ ਠੋਕ ਕੇ ਕੌਮ ਦੇ ਨਾਲ ਖੜੇ ਨੇ, ਅੱਜ ਉਹ ਬੰਦੇ ਕਾਨਫਰੰਸ ਦੇ ਵਿੱਚ ਰੋ ਰਹੇ ਨੇ, ਅਤੇ ਉਹ ਦਲੇਰ ਬੰਦੇ ਜਿਹੜੇ ਕਦੇ ਰੋ ਹੀ ਨਹੀਂ ਸਕਦੇ ਸੀ ਅੱਜ ਰੋ ਪਏ, ਕਿਉਂਕਿ ਅੰਦਰੋਂ ਟੁੱਟ ਚੁੱਕੇ ਨੇ। ਲੋ ਮੈਂ ਸਾਰੀ ਜਿਹੜੀ ਗੱਲਬਾਤ ਆ ਉਹ ਆਪਾਂ ਕਰਦੇ ਹਾਂ। ਪਹਿਲਾਂ ਭਾਈ ਸਾਹਿਬ ਮਹਿਰੋ ਦੇ ਜਿਹੜੇ ਅੱਥਰੂ ਨੇ ਤੁਸੀਂ ਉਹ ਆਪ ਹੀ ਦੇਖ ਲਓ ਕਿ ਯਾਰ ਜਿਹੜਾ ਬੰਦਾ ਕਦੇ ਰੋਇਆ ਨਹੀਂ ਸੀ ਉਹ ਅੱਜ ਰੋਣ ਲਈ ਮਜਬੂਰ ਹੋ ਗਿਆ। ਯਾਰ ਕੌਮ ਨੂੰ ਬੇਨਤੀ ਹੈ ਕਿ ਖੜ ਜਿਆ ਕਰੋ। ਜਦੋਂ ਕੌਮ ਲਈ ਕੋਈ ਬੰਦਾ ਕਾਰਜ ਕਰਦਾ ਨਾ, ਉਹਦੀ ਪਿੱਠ 'ਤੇ ਖੜ ਜਿਆ ਕਰੋ, ਉਹਨੂੰ ਹੌਸਲਾ ਹੋ ਜਾਂਦਾ। ਅੱਜ ਇਹ ਭਾਈ ਸਾਹਿਬ ਅੰਦਰੋਂ ਟੁੱਟੇ ਹੈ ਕਿਉਂਕਿ ਨਾਲ ਨਹੀਂ ਕੋਈ ਖੜਿਆ, ਤਾਂ ਅੱਜ ਹੌਸਲਾ ਟੁੱਟਿਆ, ਤਾਂ ਜਾ ਕੇ ਕਿਤੇ ਰੋਣਾ ਆਇਆ। ਨਹੀਂ ਮੈਂ ਇਹਨਾਂ ਦੇ ਚਿਹਰੇ 'ਤੇ ਕਦੇ ਉਦਾਸੀ ਨਹੀਂ ਦੇਖੀ ਸੀ। ਪ੍ਰਦੀਪ ਸਰਪੰਚ ਨਾਲ ਸੀ, SSP ਨੂੰ ਕਿਹਾ ਕੁੜੀ ਨੇ ਵੀਰਾ ਰੇਪ ਹੋਇਆ, ਵੋਟ ਤਾਂ ਉਹਨੇ DSP ਜਸਜੋਤ ਸਿੰਘ ਨੂੰ ਕਿਹਾ ਕੁੜੀ ਨੇ ਵੀਰਾ ਰੇਪ ਹੋਇਆ, ਵੋਟ ਤਾਂ ਉਹਨੇ SHO SHO ਅੰਮ੍ਰਿਤਪਾਲ ਸਿੰਘ ਨੂੰ ਕਿਹਾ ਮੇਰਾ ਰੇਪ ਹੋਇਆ, ਵੋਟ ਤਾਂ ਉਹਨਾਂ ਨੇ। ਅਸੀਂ ਉਹ ਚੀਜ਼ ਨੂੰ ਪੰਜਾਂ ਦਿਨਾਂ ਉੱਤੇ ਰੋਕਤਾ,
ਦਿੱਲੀ ਸੀ, ਮੈਂ ਦਿੱਲੀ ਨੂੰ ਆਇਆ, ਮੈਂ ਮਿਲਿਆ, ਕੁੜੀ ਨੇ ਕਮਰਾ ਬੰਦ ਕੀਤਾ, ਮੈਨੂੰ ਸਾਰਾ ਕੁਝ ਦੱਸਿਆ। ਮੈਂ ਕਿਹਾ ਸਾਰੀ ਘਟਨਾ ਜਗਰਾਓ ਦੀ ਹੈ, ਜਗਰਾਓ ਦੀ ਪੁਲਿਸ ਨੇ ਇਨਸਾਫ਼ ਨਹੀਂ ਦੇਣਾ। ਮਹਾਰਾਜ ਵੱਲੋਂ ਕੁੜੀ ਦੇ ਮੂੰਹ ਨਿਕਲ ਜਾਂਦਾ ਵੀ ਮੈਂ ਮੋਗੇ ਵੀ ਨਹੀਂ ਇੱਕ ਦਿਨ ਹੋਟਲ 'ਚ। ਅਸੀਂ ਗੱਡੀ ਚੱਕੀ ਕਿੰਗਡਮ ਹੋਟਲ 'ਚ ਗਏ, ਰਿਕਾਰਡ ਕਢਾਇਆ, ਕੁਦਰਤੀ ਬਾਬੇ ਦਾ ਆਧਾਰ ਕਾਰਡ ਲੱਗਾ, ਕੁੜੀ ਦਾ ਆਧਾਰ ਕਾਰਡ ਲੱਗਾ, ਤੇ 6 ਤਰੀਕ 5ਵੇਂ ਮਹੀਨੇ ਦੀ ਨੂੰ ਇਹਦੇ ਨਾਲ 4 ਘੰਟੇ ਰੇਪ ਹੋਇਆ। ਰਾਤੇ ਰਾਤ ਕੁੜੀ ਐਡਮਿਟ ਕਰਾਈ, ਉਹਦੇ ਦਰਦ ਹੁੰਦਾ, ਸਾਰਾ ਕੁਛ ਜੈਨੂਇਨ ਸੀਗਾ, ਰੇਪ ਹੋਇਆ, ਪੋਜ਼ਿਟਿਵ ਆਇਆ, ਸਰਕਾਰੀ ਹਸਪਤਾਲ 'ਚੋਂ ਰਿਪੋਰਟ ਥਾਣੇ ਮਿਲੇ ਗਈ। ਜਦੋਂ ਪਤਾ ਲੱਗਦਾ ਉਹਨਾਂ ਨੂੰ ਸਾਰਾ ਕੁਛ, ਤੇ ਉਹ ਕਹਿੰਦੇ ਵੀ ਇਹ ਕਿਵੇਂ ਹੋ ਸਕਦਾ। ਮੇਰੇ ਕੋਲ ਜਦੋਂ ਪਹੁੰਚੀ ਤਾਂ ਮੈਂ ਸਾਰਾ ਰਿਕਾਰਡ ਹੀ ਦਿੱਤਾ ਉਸ ਰੇਪ ਦਾ। ਪੁਲਿਸ ਕਿੰਗਡਮ ਹੋਟਲ ਮੇਰੀ ਭਾਈ ਲਈ ਆਉਂਦੀ ਹੈ, ਤੇ ਉੱਥੋਂ ਦਾ ਮੈਨੇਜਰ ਕਹਿੰਦਾ ਮੈਂ ਅੱਖੀ ਦੇਖਿਆ ਬਾਬਾ ਧੱਕੇ ਨੇ ਉਹ ਰੂਮ 'ਚ ਲੈ ਕੇ ਗਿਆ ਸੀ। ਪਰਚਾ ਦਰਜ ਹੋ ਗਿਆ ਬਲਾਤਕਾਰ ਦਾ ਪਰਸੋਂ, ਪਰਚਾ ਦਰਜ ਹੋ ਗਿਆ। ਜਸ ਜੋ ਤਾਂ ਫਿਰ ਵੀ ਕਹਿੰਦਾ ਮੈਂ ਪਰਚਾ ਕੈਂਸਲ ਕਰਵਾ ਦੂੰਗਾ। ਜੇ ਇਸ ਦੇਸ਼ ਦੇ ਵਿੱਚ ਪੁਲਿਸ ਬਲਾਤਕਾਰਿਆਂ ਨੂੰ ਬਾਹਰ ਕੱਢਣ ਲਈ ਪੱਬਾਂ ਭਾਰ ਹੋ ਰਹੀ ਆ, ਜੇ ਇਸ ਦੇਸ਼ ਦੇ ਵਿੱਚ ਪੱਗਾਂ ਬੰਨ ਕੇ ਜਸ ਜੋਤ ਨਾਲ ਲੱਗਿਆ ਹੋਏ ਸਿੰਘ DSP ਹੋਏ, ਉਹਨੇ ਗੁਰੂ ਘਰ ਦੇ ਵਿੱਚ ਹੋਏ ਰੇਪ ਬੰਦੇ ਨੂੰ ਬੇਗੁਨਾਹ ਸਾਬਤ ਕਰ ਲਈ, ਦਿਨ ਰਾਤ ਇੱਕ ਕਰਦਾ ਤੇ ਸਾਡੇ ਖੂਨ ਦਾ ਪਿਆਸਾ, ਅਸੀਂ ਕਿਹਦੇ ਕੋਲੇ ਜਾਵਾਂਗੇ? ਪ੍ਰੂਫ ਦੇ ਦਿੱਤੇ ਉਹਨਾਂ ਨੂੰ 9000 ਕਾਲ ਰਿਕਾਰਡ। ਸੋ ਵੀਡੀਓ ਨੂੰ ਸ਼ੇਅਰ ਕਰ ਦਿਓ, ਮੈਂ ਗੱਲਬਾਤ ਅੱਗੇ ਤੋਰਦਾ ਕਿ ਭਾਈ ਸਾਹਿਬ ਨੇ ਇਹ ਕਿਹਾ ਕਿ ਪ੍ਰਸ਼ਾਸਨ ਤਾਂ ਹੁਣ ਇਹ ਸਾਬਤ ਕਰਨ ਤੇ ਲੱਗਿਆ ਕਿ ਬਲਾਤਕਾਰੀ ਨੂੰ ਕਿਸੇ ਨਾ ਕਿਸੇ ਹਿਸਾਬ ਨਾਲ ਬਾਹਰ ਕੱਢਿਆ ਜਾਵੇ। ਪਹਿਲਾਂ ਵੀ ਇੱਥੇ ਬੜੇ ਬਾਬੇ ਆ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਆ ਬਲਾਤਕਾਰੀ ਨੇ, ਉਹਨਾਂ ਨੂੰ ਪਰੋਲਾਂ ਮਿਲ ਜਾਂਦੀਆਂ ਨੇ, ਪਰ ਸਾਡੇ ਬੰਦੀ ਸਿੰਘ ਅੱਜ ਵੀ ਜੇਲ੍ਹਾਂ ਦੇ ਵਿੱਚ ਬੈਠੇ ਆ। ਇੱਥੇ ਗੱਲ ਇਹ ਆ ਜਾਂਦੀ ਹੈ ਕਿ ਸਾਡੀ ਸਿਰਮੌਰ ਸੰਸਥਾ SGPC ਅੱਜ ਚੁੱਪ ਕਿਉਂ ਹੈ? ਉਹਦੇ ਜਿਹੜੇ ਪ੍ਰਬੰਧਕ ਨੇ, ਉਹਦੇ ਪ੍ਰਧਾਨ ਨੇ, ਉਹ ਅੱਜ ਚੁੱਪ ਕਿਉਂ ਬੈਠੇ ਹੈ? ਜਿਹੜਾ ਸਾਡਾ ਅੱਜ ਜਥੇਦਾਰ ਹੈ ਉਹ ਚੁੱਪ ਕਿਉਂ ਹੈ? ਜਥੇਦਾਰ ਦਾ ਅਹੁਦਾ ਇੱਕ ਬਹੁਤ ਵੱਡਾ ਅਹੁਦਾ ਹੁੰਦਾ, ਜਥੇਦਾਰ ਸਾਡਾ ਬਹੁਤ ਸਤਿਕਾਰਯੋਗ ਹੈ, ਪਰ ਅਸੀਂ ਬੇਨਤੀ ਕਰਦੇ ਹਾਂ ਕਿ ਜਥੇਦਾਰ ਸਾਹਿਬ ਬੋਲੋ, ਜਿੱਥੇ ਕੰਮ ਤੁਸੀਂ ਨੇ ਕਰਨਾ ਸੀ ਜਥੇਦਾਰ ਸਾਹਿਬ, ਅੱਜ ਉੱਥੇ ਸਿੱਖ ਕੌਮ ਦੇ ਕੁਝ ਕੁ ਯੋਧੇ ਕਰਨ ਲੱਗੇ ਹੋਏ ਨੇ, ਪਰ ਜੇ ਯੋਧੇ ਕਰ ਰਹੇ ਨੇ, ਜ਼ਿੰਮੇਵਾਰੀ ਨਿਭਾ ਰਹੇ ਨੇ, ਤਾਂ ਜਥੇਦਾਰ ਸਾਹਿਬ ਤੁਸੀਂ ਉਹਨਾਂ ਦੀ ਪਿੱਠ ਤੇ ਖੜ ਜਾਓ, ਇਕੱਲਾ ਇੰਨਾ ਹੀ ਬਹੁਤ ਹੈ। ਜਥੇਦਾਰ ਉਹ ਸੀ ਅਕਾਲੀ ਫੂਲਾ ਸਿੰਘ ਵਰਗੇ, ਜਿਹੜੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਕਹਿਤਾ ਸੀ, ਮੁਜਰੇ ਤੇ ਗਿਆ ਸੀ, ਇਹ ਕਿਹਾ ਸੀ ਇੱਕ ਠੋਕ ਕੇ ਕਿ ਕਾਣਿਆ ਇੱਥੇ ਰੁੱਖ, ਤੇ ਉਹਨੂੰ ਸਜ਼ਾ ਲਾਈ ਸੀ, ਤੇ 20 ਦਿਨ ਉਹ ਸਜ਼ਾ ਕੱਟ ਕੇ ਗਿਆ ਸੀ ਉਸ ਟਾਈਮ ਦਾ ਮਹਾਰਾਜਾ। ਪਰ ਅੱਜ ਸਾਡੇ ਜਥੇਦਾਰ ਕਿੱਡਾ ਵੱਡਾ ਨਾਮ, ਜਥੇਦਾਰ ਦਾ ਸਤਿਕਾਰਯੋਗ, ਅੱਜ ਇਹਨਾਂ ਬਾਦਲਾਂ ਦਾ ਗੁਣਗਾਨ ਕਰਦੇ ਆ, ਜਾਂ ਕਿਸੇ ਰਾਜਨੀਤਿਕ ਪਾਰਟੀਆਂ ਦਾ ਗੁਣਗਾਨ ਕਰਦੇ ਆ, ਕਿਸੇ ਨੂੰ ਕੁਝ ਕਹਿ ਹੀ ਨਹੀਂ ਸਕਦੇ ਯਾਰ, ਕਿਉਂ? ਤੇ ਫਿਰ ਸਾਡਾ SGPC ਦਾ ਪ੍ਰਧਾਨ ਅੱਜ ਕਿੱਥੇ ਹੈ? ਜਿਹੜੇ ਕਹਿੰਦੇ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿਹੜੇ ਅੱਜ ਡਿਬਰੂਗੜ੍ਹ ਦੀਆਂ ਜੇਲ੍ਹਾਂ 'ਚ ਬੈਠੇ ਹੈ, ਜਿਹੜੇ ਕਹਿੰਦੇ ਸੀ ਇਹ ਸੰਤਾਂ ਦੀ ਰੀਸ ਕਰਦਾ, ਇਹ ਗੁਰੂ ਗ੍ਰੰਥ ਸਾਹਿਬ ਅਜਨਾਲੇ ਕਿਉਂ ਲੈ ਕੇ ਗਿਆ, ਬੇਅਦਬੀ ਹੋ ਗਈ, ਅੱਜ ਉਹਨਾਂ ਦੀਆਂ ਅੱਖਾਂ ਫੁੱਟ ਗਈਆਂ ਕਿ ਉਹਨਾਂ ਨੂੰ ਇਹ ਨਹੀਂ ਦਿਖ ਰਿਹਾ ਕਿ ਜਿੱਥੇ ਗੁਰਦੁਆਰੇ ਦੇ ਵਿੱਚ ਅੱਜ ਬਲਾਤਕਾਰ ਹੋਈ ਜਾਂਦੇ ਆ, ਕਿ ਅੱਜ ਗੁਰੂ ਦੀ ਬੇਅਦਬੀ ਹੋਈ ਨਹੀਂ, ਗੁਰੂ ਦੀ ਹਜ਼ੂਰੀ ਦੇ ਵਿੱਚ ਉਹ ਚਰਨ ਘਾਟ ਵਾਲਾ ਜਿਹੜਾ ਬਾਬਾ ਖਵਾਉਂਦਾ ਆਪਦੇ ਆਪ ਨੂੰ ਬਰਜਿੰਦਰ,
ਉਹ ਗੁਰੂ ਦੀ ਹਜ਼ੂਰੀ ਚ ਸਾਡੀਆਂ ਧੀਆਂ ਭੈਣਾਂ ਨਾਲ ਬਲਾਤਕਾਰ ਕਰੀ ਜਾਂਦਾ ਕਿ ਅੱਜ ਬੇਅਦਬੀ ਨਹੀਂ ਹੋਈ। ਜਿਹੜੇ ਬਹੁਤੇ ਉਦੋਂ ਸਿਆਣੇ ਬਣਦੇ ਸੀ, ਉਂਗਲਾਂ ਚੱਕਦੇ ਸੀ, ਅੱਜ ਉਹ ਚੁੱਪ ਕਿਉਂ ਬੈਠੇ ਆ? ਅੱਜ ਫੜਕ ਕਹਿਣ ਪ੍ਰਸ਼ਾਸਨ ਨੂੰ ਕਿ ਇਸ ਬਲਾਤਕਾਰੀ ਨੂੰ ਠੋਕ ਕੇ ਰੱਖੋ, ਅਸੀਂ ਭਾਈ ਮਹਿਰੋ ਦੇ ਨਾਲ ਹਾਂ। ਵਿਚਾਰਕ ਮਤਭੇਦ ਅਲੱਗ ਹੁੰਦੇ ਆ, ਪਰ ਜਿੱਥੇ ਗੱਲ ਸਾਡੀ ਕੌਮ ਦੀ ਆ ਜੇ ਉੱਥੇ ਸਾਨੂੰ ਇੱਕ ਹੋ ਜਾਣਾ ਚਾਹੀਦਾ। ਵਿਚਾਰਾਂ ਦੀਆਂ ਲੜਾਈਆਂ ਅਲੱਗ ਹੁੰਦੀਆਂ ਨੇ, ਪਰ ਅਸੀਂ ਕਦੋਂ ਹੋਵਾਂਗੇ ਯਾਰ? ਅੱਜ ਸਾਡੀ ਕੌਮ ਦਾ ਉਹ ਯੋਧਾ ਜਿਹੜਾ ਹਮੇਸ਼ਾ ਕੌਮ ਨਾਲ ਖੜਦਾ ਹੈ, ਹਮੇਸ਼ਾ ਕੌਮ ਦੀ ਗੱਲ ਕਰਦਾ ਹੈ, ਆ ਬਲਾਤਕਾਰੀ ਨੂੰ ਚੰਗਾ ਸਬਕ ਸਿਖਾਇਆ। ਪਹਿਲਾਂ ਹੋਰ ਜਿੰਨੇ ਇੱਥੇ ਠੱਗ ਚੋਰ ਬਲਾਤਕਾਰੀ ਫਿਰਦੇ ਨੇ ਉਹਨਾਂ ਨੂੰ ਚੰਗੇ ਸਬਕ ਸਿਖਾਉਂਦਾ, ਅੱਜ ਉਹਦੀਆਂ ਅੱਖਾਂ 'ਚ ਰੋਣਾ ਆ ਜਾਏ। ਉਹ ਰੋਣਾ ਤਾਂ ਆਇਆ ਕਿਉਂਕਿ ਉਹਦੀ ਪਿੱਠ 'ਤੇ ਨਹੀਂ ਕੋਈ ਖੜਿਆ ਕਿ ਗੁਰੂ ਗ੍ਰੰਥ ਸਾਹਿਬ ਇਕੱਲੇ ਮਹਿਰੋ ਦੇ ਨੇ, ਆਪਣੇ ਆਪਣੇ ਹੈ ਨਹੀਂ, ਕਿ ਉਸ ਬੇਅਦਬੀ ਦਾ ਦੁੱਖ ਇਕੱਲੇ ਮਹਿਰੋ ਨੂੰ ਹੋਇਆ ਕਿ ਉਸੇ ਨੂੰ ਉਹਦਾ ਬੀੜਾ ਚੱਕਣਾ ਚਾਹੀਦਾ। ਮੈਂ ਹੈਰਾਨ ਹਾਂ ਯਾਰ ਅੱਜ ਕੱਲ੍ਹ ਦੇ ਬਾਬਿਆਂ 'ਤੇ, ਅਤੇ ਅੱਜ ਕੱਲ੍ਹ ਦੇ ਸਾਡੇ ਜਥੇਦਾਰਾਂ 'ਤੇ, ਅੱਜ ਕੱਲ੍ਹ ਦੇ SGPC ਦੇ ਪ੍ਰਧਾਨਾਂ 'ਤੇ ਕਿ ਯਾਰ ਕਿੱਧਰ ਚੱਲ ਗਏ? ਕਿਉਂ ਬੁੱਲ ਸਿੱਤੇ ਜਾਂਦੇ ਆ ਤੁਹਾਡੇ? ਕਿਉਂ ਨਹੀਂ ਬੋਲਦੇ? ਕਦੋਂ ਬੋਲੋਗੇ? ਕਦੋਂ ਇਨਸਾਫ ਮਿਲੂਗਾ ਸਾਡੀ ਕੌਮ ਨੂੰ? ਕਦੋਂ ਸਾਡੀ ਜਿਹੜੀ ਸਿਰਮੌਰ ਸੰਸਥਾ ਹੈ ਉਹ ਪੰਜਾਬ ਦੇ ਵਿੱਚ ਐਨ ਹਿੱਕ ਠੋਕ ਕੇ ਕੰਮ ਕਰੂ ਕਿ ਜਿਹੜਾ ਬੋਲ ਜਥੇਦਾਰ ਦੇ ਮੂੰਹ 'ਚੋਂ ਨਿਕਲ ਗਿਆ ਉਹਨੂੰ ਕੋਈ ਮੋੜ ਨਹੀਂ ਸਕੂਗਾ? ਜਥੇਦਾਰ ਸਾਹਿਬ ਬੋਲੋ। ਅਤੇ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਕਿ ਪੰਜਾਬ ਦੇ ਲੋਕੋ, ਭਾਈ ਮਹਿਰੋ ਨੇ ਬੜੀ ਸੰਦੀਦਗੀ ਦੇ ਨਾਲ, ਬੜੇ ਤਰੀਕੇ ਦੇ ਨਾਲ ਇਹ ਮੁੱਦਾ ਚੱਕਿਆ, ਸਭ ਕੁਛ ਸਾਹਮਣੇ ਲਿਆਂਦਾ, ਵੀਡੀਓ ਆ ਗਈਆਂ, ਕੁੜੀਆਂ ਦੇ ਬਿਆਨ ਸਾਹਮਣੇ ਆ ਗਏ, ਅਤੇ ਮੈਂ ਉਹਨਾਂ ਕੁੜੀਆਂ ਨੂੰ ਲਾਹਨਤ ਪਾਉਣਾ ਜੇ ਅੱਜ ਉਹ ਕੁੜੀਆਂ ਬਿਆਨ ਮੁੱਕਰਦੀਆਂ ਨੇ ਕਿ ਤੁਹਾਡੇ ਲਈ ਭਾਈ ਮਹਿਰੋ ਨੇ ਐਡਾ ਵੱਡਾ ਕਦਮ ਚੱਕਿਆ, ਦੁਸ਼ਮਣੀਆਂ ਪਾਈਆਂ, ਚੰਨ ਨੂੰ ਮਾਰਨ ਦੀਆਂ ਧਮਕੀਆਂ ਅੱਜ ਮਹਿਰੋ ਨੂੰ ਆ ਰਹੀਆਂ ਨੇ, ਅੱਗ ਲਾ ਕੇ ਸਾੜਨ ਦੀਆਂ ਧਮਕੀਆਂ ਆ ਰਹੀਆਂ ਨੇ ਵੀ ਮੂੰਹ ਸਾੜ ਦਿਆਂਗੇ, ਇਹਦਾ ਅਤਾ ਪਤਾ ਹੀ ਨਾ ਪਤ ਲੱਗੇ। ਇਹੋ ਜਿਹਾ ਕੁਛ ਅੱਜ ਭਾਈ ਮਹਿਰੋ ਨਾਲ ਹੋ ਰਿਹਾ, ਪਰ ਉਹ ਡਰਦਾ ਨਹੀਂ, ਇਹਨਾਂ ਗੱਲਾਂ ਕਰਕੇ ਨਹੀਂ ਉਹ ਰੋਇਆ ਕਿ ਉਹਦੇ ਮਨ ਦੇ ਵਿੱਚ ਡਰ ਹੈ, ਉਹ ਇਸ ਕਰਕੇ ਰੋਇਆ ਕਿ ਉਹਦੀ ਕੌਮ ਉਹਦੀ ਪਿੱਠ 'ਤੇ ਨਹੀਂ ਖੜੀ, ਉਹ ਇਸ ਕਰਕੇ ਰੋਇਆ ਕਿ ਜਿਨ੍ਹਾਂ ਲਈ ਉਹਨੇ ਬੈਰ ਪਾਏ ਅੱਜ ਉਹ ਬਿਆਨ ਬਦਲ ਰਹੇ ਨੇ, ਅੱਜ ਉਹਦਾ ਸਾਥ ਨਹੀਂ ਦੇ ਰਹੇ। ਉਹ ਇਸ ਕਰਕੇ ਰੋਇਆ ਕਿ ਪ੍ਰਸ਼ਾਸਨ ਦੇ ਵਿੱਚ ਪੱਗਾਂ ਬੰਨ ਕੇ ਜਿਹੜੇ ਅਫਸਰ ਬੈਠੇ ਨੇ ਉਹ ਇਨਸਾਫ ਨਹੀਂ ਕਰ ਰਹੇ, ਉਹ ਬਲਾਤਕਾਰੀਆਂ ਦਾ ਸਾਥ ਦੇ ਰਹੇ ਨੇ, ਉਹ ਇਸ ਕਰਕੇ ਰੋਇਆ। ਉਹਨੂੰ ਆਪਣੀ ਜਾਨ ਦੀ ਪਰਵਾਹ ਨਹੀਂ, ਇਹ ਮੈਂ ਕਲੀਅਰ ਲਿਖ ਕੇ ਦੇ ਸਕਦਾ ਕਿ ਉਹਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਹੈ, ਉਹ ਇਸ ਕਰਕੇ ਅੱਜ ਹੰਝੂ ਡਿੱਗੇ ਨੇ ਕਿ ਜਿਹੜੀ ਕੌਮ ਦੂਜਿਆਂ ਨਾਲ ਖੜਦੀ ਹੁੰਦੀ ਸੀ ਅੱਜ ਉਹ ਆਪਣਿਆਂ ਤੋਂ ਵੀ ਕਿਨਾਰਾ ਕਰ ਰਹੀ ਹੈ, ਆਪਣਿਆਂ ਨਾਲ ਵੀ ਨਹੀਂ ਖੜ ਰਹੀ ਯਾਰ। ਇਹ ਗੱਲਾਂ ਤੱਤੀਆਂ ਨੇ ਤੇ ਕੌੜੀਆਂ ਲੱਗਣੇ, ਤਿੱਖੀਆਂ ਨੇ, ਪਰ ਪੰਜਾਬ ਦੇ ਲੋਕੋ, ਪੰਜਾਬੀਓ, ਮੈਂ ਸਿੱਖ ਕੌਮ ਨੂੰ ਕਹਿਣਾ ਚਾਹੁੰਦਾ, ਸਾਡੇ ਜਥੇਦਾਰ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਜਥੇਦਾਰ ਸਾਹਿਬ ਤੁਹਾਡਾ ਅਹੁਦਾ ਬਹੁਤ ਸਤਿਕਾਰਯੋਗ ਹੈ, ਅਸੀਂ ਤਾਂ ਇੱਕ ਨਿਮਾਣੇ ਜੇ ਸਿੱਖ ਹਾਂ, ਪਰ ਤੁਸੀਂ ਬਹੁਤ ਸਤਿਕਾਰਯੋਗ ਹੋ, ਤੁਹਾਡਾ ਅਹੁਦਾ ਰੁਤਬਾ ਬਹੁਤ ਵੱਡਾ ਹੈ, ਪਰ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਜਥੇਦਾਰ ਸਾਹਿਬ ਚੁੱਪੀ ਤੋੜੋ, ਅਕਾਲ ਤਖਤ ਸਾਹਿਬ ਤੋਂ ਹੁਕਮ ਆਉਣ ਤਾਂ ਇੱਥੇ ਬਲਾਤਕਾਰ ਨਹੀਂ ਹੋਊਗਾ। ਫਿਰ ਇਹ ਕਹਿ ਦਿੰਦੇ ਆ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਅੱਤਵਾਦੀ ਸੀ, ਪਰ ਜਦੋਂ ਵੀ ਕਿਤੇ ਉਹ ਕਹਿ ਦਿੰਦੇ ਸੀ ਉਹ ਕੁਛ ਹੁੰਦਾ ਨਹੀਂ ਸੀ, ਭਾਵੇਂ ਹਿੰਦੂ ਚੱਲ ਕੇ ਆ ਜਾਂਦਾ ਸੀ, ਭਾਵੇਂ ਕੋਈ ਈਸਾਈ, ਭਾਵੇਂ ਮੁਸਲਮਾਨ, ਕਿਸੇ ਦੀ ਧੀ ਭੈਣ ਨਾਲ ਬਲਾਤਕਾਰ ਨਹੀਂ ਹੋਣ ਦਿੰਦਾ ਸੀ। ਜਥੇਦਾਰ ਸਾਹਿਬ, ਮੈਂ ਤੁਹਾਨੂੰ ਬੇਨਤੀ ਕਰਦਾ ਕਿ ਅਕਾਲ ਤਖਤ ਸਾਹਿਬ ਤੋਂ ਇਹ ਹੁਕਮ ਜਾਰੀ ਕਰੋ, ਪਹਿਲਾਂ ਤਾਂ ਪੰਜਾਬ ਦੇ ਵਿੱਚੋਂ
ਮਨਾਹੀ ਕਰੋ ਨਸ਼ੇ ਦੀ। ਕਿਉਂ ਨਹੀਂ ਨੌਜਵਾਨ ਮੰਨਣਗੇ ਜੇ ਨੌਜਵਾਨਾਂ ਨੂੰ ਗੱਲ ਨਾਲ ਲਾਵਾਂਗੇ? ਅਸੀਂ ਤਾਂ ਨੌਜਵਾਨਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ। ਗੁਰਦੁਆਰਿਆਂ ਦੇ ਵਿੱਚ ਅੱਜ ਕੜੰਮ ਚੌਧਰੀ ਆ ਕੇ ਬਹਿ ਗਏ ਹੈ, ਸਿਰਫ ਖਾਣ ਤੱਕ ਧਿਆਨ ਹੈ ਗੋਲਕਾਂ ਨੂੰ। ਕਿਸੇ ਦਾ ਇਹ ਧਿਆਨ ਹੀ ਨਹੀਂ ਕਿ ਆਪਾਂ ਨੌਜਵਾਨ ਨੂੰ ਅੰਮ੍ਰਿਤ ਛਕਾਈਏ, ਨਸ਼ੇ ਤੋਂ ਦੂਰ ਕਰੀਏ, ਸਿੱਖੀ ਨਾਲ ਜੋੜੀਏ। ਇਹ ਧਿਆਨ ਹੀ ਹੈ ਨਹੀਂ, ਸਿਰਫ ਪ੍ਰਧਾਨਗੀਆਂ ਦੇ ਰੌਲੇ ਹੈ। ਕਿਸੇ ਨੇ ਸੋਚੀ ਨਹੀਂ ਕਿ ਪਿੰਡਾਂ ਦੇ ਵਿੱਚ ਪਹਿਲਾਂ ਗੱਤਕੇ ਖੇਡੇ ਜਾਂਦੇ ਸੀ, ਪਿੰਡਾਂ ਦੇ ਵਿੱਚ ਪਹਿਲਾਂ ਸੰਥਿਆ ਦਿੱਤੀ ਜਾਂਦੀ ਸੀ। ਅੱਜ ਕੱਲ੍ਹ ਸਾਡੇ ਲੋਕ ਆਰਕੈਸਟਰਾ ਉੱਤੋਂ ਜਾਂ 10-10 ਹਜ਼ਾਰ ਰੁਪਇਆ ਸਿੱਟ ਆਉਂਦੇ ਆ, ਪਰ ਕਿਸੇ ਗ੍ਰੰਥੀ ਨੂੰ 500 ਰੁਪਇਆ ਦੇ ਕੇ ਰਾਜੀ ਨਹੀਂ ਕਿ ਆਹ ਚੱਕ ਗ੍ਰੰਥੀ ਸਾਹਿਬ, ਤੁਸੀਂ ਵਜ਼ੀਰ ਹੋ, ਆਹ ਚੱਕੋ 10 ਹਜ਼ਾਰ ਰੁਪਇਆ ਜਾਂ 5 ਹਜ਼ਾਰ ਰੁਪਇਆ, ਅਸੀਂ ਹਰ ਮਹੀਨੇ ਦਿਆ ਕਰਾਂਗੇ ਤੁਹਾਨੂੰ, ਅਤੇ ਤੁਸੀਂ ਸਾਡੇ ਬੱਚਿਆਂ ਨੂੰ ਸੰਥਿਆ ਸਿਖਾਓ, ਗੁਰਬਾਣੀ ਨਾਲ ਜੋੜੋ, ਨਸ਼ਿਆਂ ਤੋਂ ਦੂਰ ਕਰੋ। ਇੱਧਰ ਸਾਡਾ ਧਿਆਨ ਹੀ ਹੈ ਨਹੀਂ, ਸਿਰਫ ਪ੍ਰਧਾਨਗੀਆਂ ਦੇ ਰੌਲੇ ਰਹਿ ਗਏ, ਅਤੇ ਅਸੀਂ ਗੋਲਕਾਂ ਤਾਂ ਸਿਰਫ ਗੋਲਕਾਂ ਤੱਕ ਸੀਮਤ ਰਹਿ ਗਏ ਕਿ ਕਿੰਨੇ ਰੁਪਏ ਗੋਲ ਖਚਾਉਣਗੇ ਅਤੇ ਪ੍ਰਧਾਨ ਦੀ ਜੇਬ 'ਚ ਜਾਣ। ਇਹ ਕੜੰਮ ਚੌਧਰੀਆਂ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣਾ ਪੈਣਾ, ਜਿਵੇਂ ਪਹਿਲਾਂ ਮਸੰਦਾਂ ਤੋਂ ਕਰਾਇਆ ਸੀ। ਅੱਜ ਕੜੰਮ ਚੌਧਰੀ ਜਿਹੜੇ ਗੁਰਦੁਆਰਿਆਂ 'ਚ ਬਹਿ ਗਏ ਨੇ, ਅਤੇ ਸਾਡੀ SGPC ਆਜ਼ਾਦ ਕਰਵਾਉਣੀ ਪੈਣੀ ਆ ਬਾਦਲਾਂ ਤੋਂ, ਜਿਹੜੇ ਬਾਦਲਾਂ ਨੇ SGPC ਦੱਬੀ ਹੋਈ ਹੈ ਸਾਡੇ। ਮੈਂ SGPC ਦੇ ਮੁਖੀ ਨੂੰ ਕਹਿਣਾ ਚਾਹੁੰਦਾ ਕਿ ਇਹ ਇੱਕ ਸਰਮੌਰ ਸੰਸਥਾ ਹੈ ਸਿੱਖਾਂ ਦੀ, ਇਹ ਕਦੇ ਗੁਲਾਮ ਨਹੀਂ ਹੋਈ ਸੀ। ਜੋ ਵੀ ਕੁਛ ਅਕਾਲ ਤਖ਼ਤ ਸਾਹਿਬ ਤੋਂ ਜਾਂ ਸਾਡੀ SGPC ਸਿੱਖਾਂ ਨੂੰ ਹੁਕਮ ਲਾਉਂਦੀ ਸੀ ਮੰਨਿਆ ਜਾਂਦਾ ਸੀ, ਪਰ ਅੱਜ ਸਿੱਖ ਬਿਲਕ ਰਹੇ ਨੇ ਕਿ ਸਾਡੀ ਤੁਸੀਂ ਨਹੀਂ ਕੁਛ ਕਰਨਾ, ਸਾਡੀ ਪਿੱਠ 'ਤੇ ਖੜ ਜਾਓ, ਸਾਡੇ ਨਾਲ ਖੜ ਜਾਓ, ਅਸੀਂ ਕਰਕੇ ਦਿਖਾਉਂਦੇ ਹਾਂ। ਪਰ ਨਾ ਸਾਡੀ SGPC ਅੱਜ ਕੰਮ ਕਰ ਰਹੀ ਹੈ, ਅਤੇ ਨਾ ਉੱਥੇ ਬੈਠੇ ਪ੍ਰਬੰਧਕ, ਅਤੇ ਨਾ ਸਾਡੇ ਜਥੇਦਾਰ ਸਾਹਿਬ। ਮਹਿਰੋ ਵੀ ਤਾਂ ਕਿਸੇ ਦਾ ਪੁੱਤ ਹੋਣਾ, ਮਹਿਰੋ ਦਾ ਵੀ ਪਰਿਵਾਰ ਹੋਣਾ। ਗੁਰਦੁਆਰਿਆਂ ਦੇ ਵਿੱਚ ਬਲਾਤਕਾਰ ਕੋਈ ਜਰ ਸਕਦਾ? ਅਤੇ ਉਹਨਾਂ ਬਲਾਤਕਾਰੀਆਂ ਨੂੰ ਪੱਗਾਂ ਵਾਲੇ ਬਚਾਉਣ, ਅਤੇ ਇਹ ਕੋਈ ਜਰ ਸਕਦਾ? ਉਹ ਸਾਡੀ ਕੌਮ ਜਿਨ੍ਹਾਂ ਨੇ ਗਜਨੀ ਦੇ ਬਾਜ਼ਾਰਾਂ ਦੇ ਵਿੱਚੋਂ ਦੂਜੇ ਧਰਮਾਂ ਦੀਆਂ ਧੀਆਂ ਭੈਣਾਂ ਨੂੰ ਛੁਡਵਾ ਕੇ ਲਿਆਂਦਾ, ਸਾਡੀ ਕੌਮ ਦੂਜੇ ਧਰਮਾਂ ਦੀ ਖਾਤਰ ਕੁਰਬਾਨੀਆਂ ਦੇਤੀਆਂ ਸਾਡੇ ਗੁਰੂਆਂ ਨੇ, ਅਤੇ ਅੱਜ ਅਸੀਂ ਕਿੱਧਰ ਨੂੰ ਚੱਲ ਪਿਆਂਗੇ? ਅੱਜ ਅਸੀਂ ਆਪਣੇ ਨਾਲ ਵੀ ਨਹੀਂ ਖੜ ਰਹੇ, ਅੱਜ ਸਾਡੀਆਂ ਖੁਦ ਦੀਆਂ ਧੀਆਂ ਭੈਣਾਂ ਨਾਲ ਗੁਰਦੁਆਰਿਆਂ ਦੇ ਵਿੱਚ ਹੀ ਬਲਾਤਕਾਰ ਹੋ ਰਹੇ ਨੇ। ਗਜਨੀ ਦੇ ਬਾਜ਼ਾਰਾਂ ਦੀ ਦੂਰ ਦੀ ਗੱਲ ਹੈ, ਆਹ ਬਾਬੇ ਜਿਹੜੇ ਬਣੇ ਬੈਠੇ ਹੈ, ਜੋ ਡੇਰਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤੇ ਹੋਏ ਹੈ, ਜੋ ਆਹ ਭੋਰੇ ਇਹਨਾਂ ਨੇ ਬਣਾਏ ਹੋਏ ਹੈ, ਅਤੇ ਉੱਥੇ ਕੀ ਕੁਛ ਹੁੰਦਾ? ਆਹ ਤੁਹਾਡੇ ਸਾਹਮਣੇ ਹੈ, ਆਹ ਚਰਨ ਘਾਟ 'ਤੇ ਕੀ ਹੋਇਆ, ਵੀਡੀਓ ਦੇ ਨਾਲ ਸਭ ਕੁਛ ਸਾਹਮਣੇ ਆ ਗਿਆ, ਸਭ ਕੁਛ ਸਿੱਧ ਹੋ ਗਿਆ ਕਿ ਬਲਾਤਕਾਰ ਕੀਤਾ, ਰਿਪੋਰਟ ਬਣ ਗਈ, ਹਸਪਤਾਲ ਦੇ ਵਿੱਚ ਉਹ ਕੁੜੀ ਚਲੀ ਗਈ, ਸਭ ਕੁਛ ਕਲੀਅਰ ਤੱਕ ਹੋ ਗਿਆ, ਅਤੇ ਫਿਰ ਵੀ ਅਸੀਂ ਡਰੀ ਜਾਂਦੇ ਹਾਂ, ਅਤੇ ਸਾਡਾ ਪ੍ਰਸ਼ਾਸਨ ਉਹ ਬਲਾਤਕਾਰੀ ਨੂੰ ਬਾਹਰ ਕੱਢਣ 'ਤੇ ਤੁਲਿਆ ਹੋਇਆ, ਅਤੇ ਮਹਿਰੋ ਵਰਗਿਆਂ ਨੂੰ ਧਮਕੀਆਂ ਦੇਣ 'ਤੇ ਕੀ ਤੇਰੇ 'ਤੇ ਪਰਚੇ ਕਰ ਦਾਂਗੇ ਯਾਰ? ਮਹਿਰੋ ਨੇ ਕੀ ਮਾੜਾ ਕਰਤਾ ਬਾਈ? ਅਤੇ ਹੁਣ ਜਿਹੜੇ ਜ਼ਿਆਦਾ ਉਹ ਲੋਕਾਂ ਨੂੰ ਮੈਂ ਇਹ ਗੱਲ ਕਹਿਣਾ ਚਾਹੁੰਦਾ, ਜਿਹੜੇ ਕਹਿੰਦੇ ਸੀ ਬੇਅਦਬੀ ਹੋ ਗਈ ਜੀ ਇਸ ਨਾਲੇ ਗੁਰੂ ਗ੍ਰੰਥ ਸਾਹਿਬ ਨੂੰ ਕਿਉਂ ਲੈ ਗਏ, ਅੱਜ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਅੱਜ ਬੇਅਦਬੀ ਨਹੀਂ ਹੋਈ? ਉਹ ਤਾਂ ਗੁਰੂ ਗ੍ਰੰਥ ਸਾਹਿਬ ਹੈ, ਉਹਦੀ ਓਟ ਆਸਰੇ 'ਚ ਅਸੀਂ ਰਹਿਣਾ ਚਾਹੁੰਦੇ ਹਾਂ, ਅੱਜ ਨਾਲੇ ਲੈ ਗਏ, ਉੱਥੇ ਕੋਈ ਬੇਅਦਬੀ ਨਹੀਂ ਹੋਈ ਸੀ, ਸਾਡੀ ਅਗਵਾਈ ਗੁਰੂ ਗ੍ਰੰਥ ਸਾਹਿਬ ਜੀ ਕਰਦੇ ਨੇ। ਪਰ ਜਿਹੜੇ ਅੱਜ
ਅੱਜ ਸਾਡਾ ਗੁਰੂ ਗ੍ਰੰਥ ਸਾਹਿਬ ਡੇਰਿਆਂ ਦੇ ਵਿੱਚ ਰੱਖਿਆ ਹੋਇਆ, ਉੱਥੇ ਭੋਰੇ ਬਣਾ ਕੇ ਇਹ ਸਾਧ ਬੂਬ ਨੇ ਬਲਾਤਕਾਰ ਕਰ ਰਹੇ ਨੇ ਕਿ ਉਹ ਬੇਅਦਬੀ ਯਾਦ ਨਹੀਂ ਆਉਂਦੀ, ਕਿ ਉਹ ਬੇਅਦਬੀ ਨਹੀਂ ਹੈਗੀ, ਇਹ ਗੱਲ ਕਲੀਅਰ ਕਰ ਦਿਓ। ਅੱਜ ਕਿਉਂ ਤੁਹਾਡੇ ਬੁੱਲ ਸੀਤੇ ਗਏ, ਅੱਜ ਕਿਉਂ ਨਹੀਂ ਬੋਲ ਰਹੇ? ਵਿਚਾਰਕ ਮਤਭੇਦ ਆਪਦੇ ਰੱਖੋ, ਨਹੀਂ ਕਿਸੇ ਨਾਲ ਬਣਦੇ ਹੋ ਅਲੱਗ ਰੱਖੋ ਉਹ, ਪਰ ਜਦੋਂ ਕੌਮ ਤੇ ਗੱਲ ਆ ਜਾਂਦੀ ਹੈ, ਜਦੋਂ ਬੇਅਦਬੀ ਦੀ ਗੱਲ ਆ ਜਾਂਦੀ ਹੈ, ਜਦੋਂ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਦੀ ਗੱਲ ਆ ਜਾਂਦੀ ਹੈ, ਉਦੋਂ ਤਾਂ ਇਕੱਠੇ ਹੋ ਜਾਇਆ ਕਰੋ ਯਾਰ। ਅਲੱਗ ਅਲੱਗ ਜਥੇਬੰਦੀਆਂ ਬਣਾ ਕੇ ਬਹਿ ਗਏ, ਅਲੱਗ ਅਲੱਗ ਡੇਰੇ ਗੁਰਦੁਆਰੇ ਖੋਲ੍ਹ ਕੇ ਬਹਿ ਗਏ। ਕੌਮ ਦੀ ਸੋਚ ਤਾਂ ਕਿਸੇ ਨੂੰ ਹੈ ਹੀ ਨਹੀਂ, ਕੌਮ ਦੀ ਚੜ੍ਹਦੀ ਕਲਾ ਦੀ ਸੋਚ ਤਾਂ ਕਿਸੇ ਨੂੰ ਹੈ ਹੀ ਨਹੀਂ। ਉਧਰਲੇ ਪਾਸੇ ਨੂੰ ਤਾਂ ਅਸੀਂ ਜਾ ਹੀ ਨਹੀਂ ਰਹੇ ਯਾਰ, ਵੀ ਕੌਮ ਦੀ ਚੜ੍ਹਦੀ ਸਾਡੀ ਕੌਮ ਨਾਲ ਕੀ ਬੀਤ ਰਿਹਾ, ਪੱਗਾਂ ਕਿੰਨੀਆਂ ਸਰਕਾਰਾਂ ਨੂੰ ਚੁਭਣ ਲੱਗ ਗਈਆਂ, ਕਿਉਂ ਚੁਭਣ ਲੱਗੀਆਂ ਨੇ, ਇਹ ਸੋਚਣ ਵਾਲੀ ਗੱਲ ਆ। ਸਾਡੇ ਤੇ ਪੱਗਾਂ ਬੰਨ ਕੇ ਆ ਉੱਪਰ ਬੈਠੇ ਆ ਜਿਹੜੇ ਆ ਸਰਕਾਰਾਂ ਦੇ ਵਿੱਚ, ਉਹੀ ਸਾਡੇ ਤੇ ਜ਼ੁਲਮ ਕਰ ਰਹੇ ਨੇ, ਉਹੀ ਸਾਡੇ ਤੇ NSA ਲਾ ਰਹੇ ਨੇ। ਇਹ ਗੱਲਾਂ ਵੱਲ ਧਿਆਨ ਹੀ ਹੈ ਨਹੀਂ ਯਾਰ, ਅਸੀਂ ਗੁਲਾਮ ਬਣ ਗਏ ਆਂਗੇ ਸਿਰਫ ਅਹੁਦਿਆਂ ਦੀ ਖਾਤਰ। ਕਿਸੇ ਨੂੰ ਕੋਈ ਛੋਟਾ ਮੋਟਾ ਸਰਕਾਰ ਅਹੁਦਾ ਦੇ ਦੇ ਤੇ ਉਹ ਉੱਧਰ ਹੀ ਚੱਲ ਪੈਂਦਾ, ਭੁੱਲ ਜਾਂਦਾ ਕਿ NSA ਲੱਗੀ ਆ, ਭੁੱਲ ਜਾਂਦਾ ਗੋਲੀਆਂ ਚੱਲੀਆਂ, ਭੁੱਲ ਜਾਂਦੇ ਨੇ ਬੇਅਦਬੀਆਂ ਹੋਈਆਂ। ਉਹ ਇੰਨੇ ਗੁਲਾਮ ਨਹੀਂ ਹੋਇਆ ਕਰਦੇ ਸਰਕਾਰਾਂ ਦੇ। ਕੌਮ ਨੂੰ ਯਾਦ ਰੱਖੋ, ਸਾਡੀ ਕੌਮ ਨਾਲ ਕੀ ਕੁਛ ਕਿਹਨੇ ਕੀਤਾ, ਕਿਹਨੇ ਨੇ NSA ਲਾਈ ਆ, ਉਹ ਯਾਦ ਰੱਖੋ। ਸਿੱਖ ਭਰਾਵੋ ਬੇਨਤੀ ਹੈ, ਨਹੀਂ ਪਛਤਾਓਗੇ ਬਾਅਦ ਦੇ ਵਿੱਚ। ਇਸ ਕਰਕੇ ਭਾਈ ਮਹਿਰੋ ਦੇ ਨਾਲ ਖੜਨ ਦਾ ਅੱਜ ਟਾਈਮ ਹੈ, ਇਹ ਮਹਿਰੋ ਦੇ ਨਾਲ ਨਹੀਂ, ਇਹ ਕੌਮ ਦੇ ਨਾਲ ਖੜਨਾ, ਆਪਣੇ ਗੁਰੂ ਦੇ ਨਾਲ ਖੜਨਾ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਲਾਤਕਾਰ ਹੋਇਆ, ਇਹ ਬੇਅਦਬੀ ਹੈ, ਉਹਦੇ ਨਾਲ ਖੜਨਾ। ਗੱਲ ਹੱਕ ਸੱਚ ਦੀ ਹੈ, ਇਸ ਕਰਕੇ ਭਰਾਵੋ ਆਪਣੇ ਆ ਬਖਰੇਵੇਂ ਛੱਡ ਕੇ ਇਕੱਠੇ ਹੋ ਜਾਓ ਤੇ ਜ਼ੁਰਤ ਦਿਖਾਓ। ਭਾਈ ਮਹਿਰੋ ਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਭਾਈ ਸਾਹਿਬ ਤੇਰੇ ਨਾਲ ਆਂਗੇ, ਹਿੱਕ ਠੋਕ ਕੇ ਜਿੱਥੇ ਕਹੇਗਾ ਉੱਥੇ ਹਾਜ਼ਰ ਹੋਵਾਂਗੇ, ਤੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਵਾਂਗੇ। ਕਾਲ ਦੇ ਇਕੱਠ ਕਰ, ਮੈਂ ਕਹਿਣਾ ਪੂਰਾ ਪੰਜਾਬ ਉੱਠ ਕੇ ਆਊਗਾ, ਜਿਹੜੇ ਤੇਰੇ ਹੰਝੂ ਡਿੱਗੇ ਇਹਨੂੰ ਜਾਇਆ ਨਹੀਂ ਜਾਣ ਦਿੰਦੇ, ਤੇਰੇ ਨਾਲ ਹਿੱਕ ਠੋਕ ਕੇ ਖੜਾਂਗੇ। ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਜੇਕਰ ਕੋਈ ਚੰਗਾ ਕਰਦਾ ਤਾਂ ਉਹਨੂੰ ਚੰਗਾ ਕਹਿ ਲਿਆ ਕਰੋ, ਜੇ ਕੋਈ ਚੰਗਾ ਕਰਦਾ ਤਾਂ ਉਲਟੇ ਪਰਚੇ ਨਾ ਦਿਆ ਕਰੋ। ਅਸੀਂ ਵੀ ਤੁਹਾਡੇ ਭਰਾ, ਤਾਂ ਤੁਸੀਂ ਸਾਡੇ ਭਰਾ ਹੋ, ਪੱਗਾਂ ਵਾਲੇ ਹੋ, ਦਾੜੀਆਂ ਰੱਖੀਆਂ ਹੋਈਆਂ, ਸਿੱਖਾਂ ਦੇ ਘਰੇ ਤੁਸੀਂ ਜਨਮ ਲਿਆ, ਸਿੱਖਾਂ ਦੇ ਅਸੀਂ ਲਿਆ, ਫਿਰ ਕਿਉਂ ਦੂਰੀਆਂ ਵਧਾ ਲਈਆਂ ਨੇ, ਕਿਉਂ ਦੁਸ਼ਮਣੀਆਂ ਪਾ ਲਈਆਂ ਨੇ? ਜੇ ਰਲ ਮਿਲ ਕੇ ਕੰਮ ਕਰੀਏ ਤਾਂ ਪੰਜਾਬ ਦੇ ਵਿੱਚ ਨਾ ਨਸ਼ਾ ਵਿਕੇ, ਨਾ ਇੱਥੇ ਬਲਾਤਕਾਰ ਹੋਣ, ਪਰ ਦੂਰੀਆਂ ਬਹੁਤ ਵਧਾ ਲਈਆਂ ਨੇ, ਇੱਕ ਦੂਜੇ ਨੂੰ ਨਫ਼ਰਤ ਦੀ ਭਾਵਨਾ ਨਾਲ ਦੇਖਦੇ ਹਾਂ। ਜੇ ਇਕੱਠੇ ਹੋ ਕੇ ਪ੍ਰਸ਼ਾਸਨ ਅਤੇ ਪੰਜਾਬ ਦੇ ਜੋ ਮੌਤਬਾਰ ਬੰਦੇ ਜੋ ਲੜਨਾ ਚਾਹੁੰਦੇ ਆ ਇਹ ਲੜਾਈਆਂ, ਜੋ ਪੰਜਾਬ ਨੂੰ ਅੱਗੇ ਲਿਜਾਣਾ ਚਾਹੁੰਦੇ, ਜੇ ਇਕੱਠੇ ਹੋ ਕੇ ਲੜਨ ਤਾਂ ਕਿਸੇ ਦੀ ਜ਼ਰੂਰਤ ਨਹੀਂ ਕੋਈ ਆ ਬੂਬਣਾ ਬਲਾਤਕਾਰ ਕਰ ਦੂ ਸਾਡੀ ਧੀ ਭੈਣ ਨਾਲ, ਕੋਈ ਇੱਥੇ ਚਿੱਟੇ ਵਾਲਾ ਨਸ਼ਾ ਵੇਚ ਜੂਗਾ ਪੂਰਾ ਵੀ। ਪਰ ਸਾਡੇ 'ਚ ਸਰਕਾਰਾਂ ਨੇ ਦੂਰੀਆਂ ਵਧਾ ਦਿੱਤੀਆਂ ਨੇ, ਅਸੀਂ ਜਿਹੜੇ ਲੜਨ ਵਾਲੇ ਹਾਂ ਇੱਕ ਦੂਜੇ ਦੁਸ਼ਮਣ ਬਣਾ ਦਿੱਤੇ ਹਾਂ। ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਇਹਨਾਂ ਸਰਕਾਰਾਂ ਦੀ ਗੁਲਾਮੀ ਛੱਡ ਕੇ ਨਿਕਲ ਕੇ ਸੱਚਾਈ ਦੇ ਰਾਹ 'ਤੇ ਚੱਲੋ, ਅਤੇ ਜਿਹੜਾ ਬੰਦਾ ਬਲਾਤਕਾਰ ਕਰਦਾ ਉਹਤੇ ਬਲਾਤਕਾਰ ਦਾ ਪਰਚਾ ਪਾਓ, ਜਿਹੜਾ ਬੰਦਾ ਚਿੱਟਾ ਵੇਚਦਾ ਉਹ ਚਿੱਟੇ ਦਾ ਪਾਓ, ਝੂਠੇ ਪਰਚੇ ਨਾ ਪਾਓ, ਅਤੇ ਉਹਨਾਂ ਦੇ ਪਰਚੇ ਨਾ ਪਾਓ ਜਿਹੜੇ ਪੰਜਾਬ ਲਈ ਲੜਨਾ ਚਾਹੁੰਦੇ ਆ, ਜੂਝ ਰਹੇ ਆ। ਇਸ ਕਰਕੇ ਸਿੱਖ ਵੀਰੋ ਇਕੱਠੇ ਹੋ ਜਾਓ, ਆਉਣ ਵਾਲਾ ਸਮਾਂ ਬਹੁਤ ਭਿਆਨਕ ਹੋਣਾ ਜੇ ਨਾ ਇਕੱਠੇ ਹੋਏ। ਤੁਹਾਡੀ ਕੌਮ ਦੀਆਂ ਜੜ੍ਹਾਂ ਨੂੰ ਪਏ ਹੋਏ ਆ, ਅਗਲੇ ਜੜ੍ਹਾਂ ਖਤਮ ਕਰਨ 'ਤੇ ਚੱਲੇ ਹੋਏ ਆ, ਤੁਹਾਨੂੰ ਤੁਹਾਡੀਆਂ ਪੱਗਾਂ ਚੁੱਭਦੀਆਂ ਨੇ, ਅਤੇ ਤੁਸੀਂ ਇਹਨਾਂ ਦੇ ਗੁਲਾਮ ਬਣੇ ਫਿਰਦੇ ਹੋ, ਗੁਲਾਮ।
ਲੋ ਪਿੰਡਾਂ ਦੇ ਵਿੱਚ ਕੀ ਹੈ, ਪਿੰਡਾਂ ਦੇ ਵਿੱਚ ਕਿਸੇ ਨੂੰ ਮਾੜਾ ਮੋਟਾ ਕਿਸੇ ਸਰਕਾਰ ਨੇ ਉਹਦਾ ਦਿੱਤਾ, ਉਹ ਉਸੇ ਦਾ ਗੁਲਾਮ ਹੈ। ਉਹਨੇ ਸੋਚਣੀ ਨਹੀਂ ਕਿ ਸਾਡੀ ਸਿੱਖੀ ਨਾਲ ਕੀ ਹੋ ਰਿਹਾ, ਉਹਨੂੰ ਲੈਣਾ ਦੇਣੀ ਨਹੀਂ, ਉਹ ਸਿਰਫ ਸਰਕਾਰ ਦਾ ਗੁਲਾਮ ਬਣ ਜੂਗਾ, ਚਮਚਾ ਬਣ ਜੂਗਾ। ਇੱਥੇ ਗ੍ਰਾਂਟ ਦੇ ਦਿਓ ਕਿਸੇ ਨੂੰ, 20-50 ਲੱਖ ਦੀ ਗ੍ਰਾਂਟ ਦੇ ਦਿਓ, ਉਹ ਵੀ ਉਹਨਾਂ ਦਾ ਚਮਚਾ ਬਣ ਜੂਗਾ ਕਿ ਸਾਨੂੰ ਗ੍ਰਾਂਟ ਦੇ ਦੀ ਬਸ। ਓਏ ਭਰਾਵੋ, ਓਏ ਸਿੱਖਾਂ ਦੇ ਕਿਰਦਾਰ ਕਦੇ ਕਰੋੜਾਂ 'ਚ ਨਹੀਂ ਵਿਕੇ ਸੀ, ਉਹ ਅੱਜ ਤੁਸੀਂ 20-30 ਲੱਖ ਰੁਪਏ ਦੇ ਵਿੱਚ ਹੀ ਵੇਚਦੇ ਯਾਰ। ਅੱਜ ਤੁਸੀਂ ਉਹਨਾਂ ਦੇ ਨਾਲ ਖੜ ਗਏ ਜਿਨ੍ਹਾਂ ਨਾਲ NSA ਲਾ ਕੇ ਤੁਹਾਡੇ ਮੁੰਡੇ ਡਿਬਰੂਗੜ੍ਹ ਛੱਡੇ ਪਏ ਆ। ਤਾਜਾਂ ਤਖਤਾਂ ਨੂੰ ਠੋਕਰਾਂ ਮਾਰੀਆਂ ਹੋਈਆਂ ਨੇ ਸਿੱਖ ਕੌਮ ਨੇ, ਤਾਜਾਂ ਤਖਤਾਂ ਨੂੰ। ਤੇ ਅੱਜ ਤੁਸੀਂ ਛੋਟੇ ਛੋਟੇ ਅਹੁਦਿਆਂ ਪਿੱਛੇ, ਛੋਟੀਆਂ ਛੋਟੀਆਂ ਗ੍ਰਾਂਟਾਂ ਪਿੱਛੇ ਹੋਏ ਤਲਬੇ ਚੜਦੇ ਫਿਰਦੇ ਹੋ ਇਹਨਾਂ ਦੇ ਤਲਬੇ। ਤੁਸੀਂ ਸਿੱਖ ਨਹੀਂ ਹੋ, ਤੁਸੀਂ ਸਿੱਖ ਕੌਮ ਦੇ ਗਦਾਰ ਹੋ ਜਿਹੜੇ ਅੱਜ ਲੋਕ ਦਾ ਸਰਕਾਰਾਂ ਦਾ ਸਾਥ ਦੇ ਰਹੇ ਨੇ। ਉਹ ਤੁਹਾਡੇ ਨਾਲ ਹੋਇਆ ਕੀ ਨਹੀਂ 84 ਤੁਹਾਡੇ ਨਾਲ ਇਹਨਾਂ ਸਰਕਾਰਾਂ ਨੇ, ਕੀ ਕੁਛ ਨਹੀਂ ਹੋਇਆ 84 ਚ, ਇਸੇ ਕਾਂਗਰਸ ਨੇ ਦਿੱਤੀ। ਉਹ ਬੇਅਦਬੀਆਂ ਤੁਹਾਡੀਆਂ ਹੋ ਗਈਆਂ, ਗੁਰੂ ਗ੍ਰੰਥ ਸਾਹਿਬ ਰੂੜੀਆਂ ਤੱਕ ਰੋਲਤਾ, ਗਲੀਆਂ ਦੇ ਵਿੱਚ ਖਿਲਾਰਤਾ, ਨਾਲੀਆਂ ਦੇ ਵਿੱਚ ਪੰਨੇ ਪਵਿੱਤਰ ਧਿਆਏ, ਤੇ ਹਜੇ ਅਸੀਂ ਉਹ ਇਹਨਾਂ ਬਾਦਲਾਂ ਦੇ ਪਿੱਛੇ ਲੱਗੇ ਫਿਰਦੇ ਹਾਂ। ਪੰਜਾਬ ਦੇ ਵਿੱਚ 84 ਵਾਲੇ ਹਾਲਾਤ ਬਣਾ ਕੇ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਗ੍ਰਿਫਤਾਰ ਕੀਤਾ ਗਿਆ, ਡਿਬਰੂਗੜ੍ਹ ਦੀਆਂ ਜੇਲ੍ਹਾਂ ਛੱਡ ਦਿੱਤਾ ਗਿਆ, ਤੇ ਹਜੇ ਤੁਸੀਂ ਇਹ ਝਾੜੂ ਦੇ ਪਿੱਛੇ ਲੱਗੇ ਫਿਰਦੇ ਹੋ ਯਾਰ। ਉਹ ਲਾਣਤੀਓ, ਉਹ ਲਾਣਤੀਓ, ਫਿਰ ਆਹ ਦਾੜੇ ਪ੍ਰਕਾਸ਼ ਕਿਉਂ ਕੀਤੇ, ਉਹ ਪੱਗਾਂ ਕਿਉਂ ਬੰਨੀਆਂ, ਗਾਤਰੇ ਕਿਉਂ ਪਾਏ, ਉਹ ਲਾਣਤੀਓ, ਉਹ ਲਾਣਤਾਂ, ਉਹ ਤੁਹਾਨੂੰ ਲਾਣਤਾਂ, ਸਿਰਫ ਚੌਧਰ ਦੀ ਖਾਤਰ, ਉਹ ਚੌਧਰ ਦੀ ਖਾਤਰ ਤੁਸੀਂ ਸਿੱਖ ਸਿਧਾਂਤਾਂ ਨੂੰ ਭੁੱਲ ਗਏ ਹੋ, ਸਿੱਖ ਸਿਧਾਂਤਾਂ ਨੂੰ ਭੁੱਲ ਗਏ ਹੋ, ਲਾਣਤੀਓ, ਗਦਾਰ ਬੰਦੇ ਹੋ। ਉਹ ਕੌਮ ਨਾਲ ਗਦਾਰੀ, ਸਿਰਫ ਇੱਕ ਚੌਧਰ ਦੀ ਖਾਤਰ, ਤੁਸੀਂ ਕਿਸੇ ਦੇ ਨਹੀਂ ਬਣ ਸਕਦੇ। ਜਿਹੜੇ ਬੰਦੇ ਕੌਮ ਦੇ ਨਹੀਂ ਬਣ ਸਕਦੇ ਉਹ ਕਿਸੇ ਦੇ ਨਹੀਂ ਬਣ ਸਕਦੇ, ਜਿਹੜੇ ਬੰਦੇ ਆਪਣੀ ਕੌਮ ਨੂੰ ਪਿੱਠ ਦਿਖਾ ਗਏ ਉਹ ਕਿਸੇ ਦਾ ਕੀ ਭਲਾ ਕਰ ਦੇਣਗੇ, ਉਹ ਗਦਾਰ ਨੇ, ਉਹ ਚਮਚੇ ਨੇ ਸਰਕਾਰਾਂ ਦੇ, ਉਹ RSS ਦੇ ਏਜੰਟ ਨੇ। ਜਿਹੜਾ ਚੱਕਦਾ ਯਾਰ ਕੌਮ ਨੂੰ ਭੰਡਣ ਲੱਗ ਜਾਂਦਾ, ਦਾਦੂ ਵਾਲਾ ਵਰਗਾ ਉੱਥੇ ਖੜਾ, ਉਹ ਬਿਆਸ ਵਾਲਿਆਂ ਦੇ ਪਾ ਕੇ ਗਾਤਰੇ ਰੱਖ ਕੇ ਦਾੜੇ ਤੇ ਫਿਰਦੇ ਨੇ ਬਿਆਸ ਵਾਲਿਆਂ ਦੇ ਡੇਰਿਆਂ 'ਚ ਯਾਰ, ਉਹਨਾਂ ਨੂੰ ਪ੍ਰਮੋਟ ਕਰਦੇ ਫਿਰਦੇ ਆ। ਉਹ ਜਿਹੜੇ ਡੇਰੇ ਸਾਡੀਆਂ ਸਿੱਖ ਕੌਮ ਦੀਆਂ ਜੜ੍ਹਾਂ 'ਚ ਬੈਠੇ ਆ, ਇਹਨਾਂ ਡੇਰਿਆਂ ਨੇ ਸਿੱਖ ਪੱਥ ਕਮਜ਼ੋਰ ਕੀਤਾ, ਅੱਜ ਉਹਨਾਂ ਡੇਰਿਆਂ ਨੂੰ ਆ ਦਾਦੂ ਵਾਲਾ ਵਰਗੇ ਪ੍ਰਮੋਟ ਕਰਦੇ ਫਿਰਦੇ ਆ। ਜੇ ਮਹਿਰੋ ਵਰਗੇ ਬਲਾਤਕਾਰੀਆਂ ਨੂੰ ਸਜ਼ਾ ਦਵਾਉਂਦੇ ਆ, ਹਿੱਕ ਠੋਕ ਕੇ ਉਹਨਾਂ ਭੈਣਾਂ ਨਾਲ ਖੜਦੇ ਆ, ਉਹਨਾਂ ਪਰਿਵਾਰਾਂ ਨਾਲ ਖੜਦੇ ਆ, ਤੇ ਅੱਜ ਉਹ ਪਰਿਵਾਰ ਐ ਨੀ ਪਤਾ ਥੋੜੇ ਕੁ ਲਾਲਚ ਪਿੱਛੇ ਵਿਕ ਗਏ ਹੋਣ ਯਾਰ, ਉਹ ਬੰਦੇ ਦਾ ਦੁਸ਼ਮਣੀ ਪਵਾਤੀ, ਉਹ ਬੰਦਾ ਤੁਹਾਡੇ ਲਈ ਲੜਿਆ, ਤੁਹਾਡੇ ਲਈ ਖੜਿਆ, ਤੁਹਾਡੇ ਲਈ ਉਹਨੇ ਘਰੋਂ ਪੈਸੇ ਵੀ ਖਰਚ ਕੀਤੇ ਹੋਣੇ ਆ, ਤੇ ਅੱਜ ਐ ਨੀ ਪਤਾ ਤੁਸੀਂ ਉਹਨਾਂ ਨਾਲ ਰਲ ਜਾਓ ਜਿਨ੍ਹਾਂ ਨਾਲ ਉਹਦਾ ਵੈਰ ਪਵਾਤਾ। ਉਹ ਲਾਣਤਾਂ ਨੇ, ਉਹ ਲਾਣਤਾਂ। ਮੈਂ ਨਾ ਕੁੜੀਆਂ ਨੂੰ ਕਹਿਣਾ ਚਾਹੁੰਦਾ, ਜਿੰਨੀਆਂ ਵੀ 4 ਨੇ ਜਾਂ 5 ਕੁੜੀਆਂ ਨੇ ਜਿਨ੍ਹਾਂ ਨਾਲ ਬਲਾਤਕਾਰ ਹੋਇਆ, ਬਾਬਾ ਧੱਕਾ ਕਰਦਾ ਰਿਹਾ, ਮੈਂ ਕਹਿਣਾ ਵੀ ਤੁਸੀਂ, ਤੁਹਾਡੇ ਤੇ ਕਲੰਕ ਲੱਗ ਜਾਣਾ, ਸਾਰੀ ਉਮਰ ਨਹੀਂ ਧੋਤਾ ਜਾਣਾ। ਜੇ ਅੱਜ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਨਾਲ ਨਾ ਖੜੇ, ਕਲੰਕ ਲੱਗ ਜਾਣਾ ਸਾਰੀ ਉਮਰ ਦਾ। ਉਹ ਬੰਦਾ ਹਿੱਕ ਠੋਕ ਕੇ ਤੁਹਾਡੇ ਨਾਲ ਖੜ ਗਿਆ, ਡਰਿਆ ਨਹੀਂ ਪਰਚਿਆਂ ਤੋਂ, ਡਰਿਆ ਨਹੀਂ ਧਮਕੀਆਂ ਤੋਂ, ਡਰਿਆ ਨਹੀਂ ਆਪਦੀ ਜਾਨ ਵੀ ਜਾ ਸਕਦੀ ਹੈ ਕਦੇ ਵੀ ਉਸ ਬੰਦੇ ਦੀ। ਇੱਥੇ ਤੱਕ ਉਹਨੇ ਇਹੋ ਜਿਹੇ ਬਾਬੇ, ਇਹੋ ਜਿਹੇ ਨੂੰ ਅਸਾਧ ਨੂੰ, ਬੂਬਣੇ ਨੂੰ ਹੱਥ ਪਾਇਆ ਕਿ ਉਹ ਕੁਛ ਵੀ ਕਰਾ ਸਕਦਾ, ਪੈਸੇ ਵਾਲਾ, ਗੁੰਡੇ ਹੈਗੇ ਆ, ਉਹਦੀਆਂ ਸਰਕਾਰਾਂ ਤਾਰਾਂ ਸਰਕਾਰ ਨਾਲ ਜੁੜੀਆਂ ਨੇ, ਤਾਂ ਹੀ ਤਾਂ ਅੱਜ ਉਹਨੂੰ ਬਾਹਰ ਕੱਢਣ ਲਈ ਆ ਜਿਹੜਾ ਪ੍ਰਸ਼ਾਸਨ ਹੈ ਉਹ ਤਤਪਰ ਹੋਇਆ ਫਿਰਦਾ, ਤੱਤਾ ਹੋਇਆ ਫਿਰਦਾ ਕਿ ਛੇਤੀ ਬਾਹਰ ਲਈਏ, ਤੇ ਹੋਰ ਸਾਡੀਆਂ ਧੀਆਂ ਭੈਣਾਂ ਨਾਲ ਬਲਾਤਕਾਰ ਹੋਣ ਯਾਰ। ਇਹਦਾ ਮਤਲਬ ਵੀ ਬਲਾਤਕਾਰੀ ਨੂੰ ਬਾਹਰ ਕੱਢੋ ਤੇ ਹੋਰ ਸਾਡੀਆਂ ਧੀਆਂ ਭੈਣਾਂ ਨਾਲ ਬਲਾਤਕਾਰ ਕਰਨ, ਤੇ ਉਹਨਾਂ ਬੰਦਿਆਂ ਨੂੰ ਅੰਦਰ ਸੁੱਟ ਦਿਓ ਜੇਲ੍ਹਾਂ 'ਚ ਜਿਹੜੇ ਇਹਨਾਂ ਬਲਾਤਕਾਰੀਆਂ ਬਾਰੇ ਦੱਸਦੇ ਆ।
ਜੋ ਇਹਨਾਂ ਬੂਮਣਿਆਂ ਬਾਰੇ ਪਤਾ ਲਾਉਂਦੇ ਆ ਉਹਨਾਂ ਨੂੰ ਅੰਦਰ ਸਿੱਟਣ ਦੇ ਲੱਗਿਆ ਤੇ ਜਿਹੜੇ ਬੰਦੇ ਗੁਰੂ ਦੀ ਹਜ਼ੂਰੀ ਚ ਬੇਅਦਬੀਆਂ ਕਰਦੇ ਆ ਭੋਰਿਆਂ ਦੇ ਵਿੱਚ ਕੁੜੀਆਂ ਨਾਲ ਬਲਾਤਕਾਰ ਕਰਦੇ ਆ ਉਹਨਾਂ ਨੂੰ ਇਹ ਬਾਹਰ ਕੱਢਣ ਤੇ ਲੱਗੇ ਹੋਏ ਆ। ਦੇਖ ਲਓ ਉਲਟੀ ਗੰਗਾ ਵਗ ਰਹੀ ਹੈ ਇੱਥੇ। ਇਸ ਕਰਕੇ ਪੰਜਾਬ ਦੇ ਲੋਕੋ ਹੁਣ ਤੁਸੀਂ ਉਹ ਇਕੱਠੇ ਹੋ ਜਾਓ, ਸਿੱਖ ਭਰਾਵੋ ਤੁਸੀਂ ਉਹ ਇਕੱਠੇ ਹੋ ਜਾਓ, ਉਹ ਛੱਡ ਦਿਓ ਵੀ ਅਸੀਂ ਫਲਾਣੀ ਜਥੇਬੰਦੀ ਦੇ ਹਾਂ, ਮੈਂ ਫਲਾਣੇ ਧੜੇ ਦਾ, ਮੈਂ ਫਲਾਣੇ ਧੜੇ ਦਾ, ਉਹ ਛੱਡ ਦਿਓ। ਇਹ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਆਪਣੀ ਕੌਮ ਨੂੰ ਚੜ੍ਹਦੀ ਕਲਾ ਚ ਲੈ ਜਾਓ, ਆਪਣੀ ਕੌਮ ਨੂੰ ਬਚਾ ਲਓ ਜੇ ਬਚਾ ਹੁੰਦਾ। ਮੈਂ ਭਾਈ ਮਹਿਰੋ ਨੂੰ ਵੀ ਕਹਿਣਾ ਚਾਹੁੰਦਾ ਕਿ ਭਰਾਵਾ ਆਵਾਜ਼ ਮਾਰ, ਇੱਕ ਝੰਡੇ ਥੱਲੇ ਆਪਾਂ ਇਕੱਠੇ ਹੋਣ ਲਈ ਤਿਆਰ ਹਾਂ ਤੇ ਤੇਰੇ ਨਾਲ ਇੱਕ ਠੋਕ ਕੇ ਖੜਿਆਂਗੇ ਪੂਰੇ ਪੰਜਾਬ ਨੂੰ ਤੇ ਇਨਸਾਫ ਪਸੰਦ ਲੋਕਾਂ ਨੂੰ ਆਵਾਜ਼ ਮਾਰ। ਦੇਖਦੇ ਹਾਂ ਫਿਰ ਕਿੰਨੇ ਕੁ ਲੋਕ ਇਕੱਠੇ ਹੁੰਦੇ ਆ ਤੇ ਕਿੰਨੇ ਕੁ ਇਨਸਾਫ ਪਸੰਦ ਨੇ, ਕਿੰਨੇ ਕੁ ਆਪਣੀ ਕੌਮ ਨਾਲ ਖੜਦੇ ਆ ਤੇ ਕਿੰਨੇ ਕੁ ਇਹਨਾਂ ਗਦਾਰਾਂ ਨਾਲ, ਭਾਰਤੀਆਂ ਨਾਲ ਖੜਦੇ ਆ, ਕਿੰਨੇ ਕੁ ਬੂਬਣਿਆਂ ਨਾਲ ਖੜਦੇ ਆ ਜਿਹੜੇ ਬਲਾਤਕਾਰ ਕਰਦੇ ਆ। ਆਵਾਜ਼ ਮਾਰ ਭਰਾਵਾ, ਤੇਰੇ ਨਾਲ ਆਂਗੇ। ਇੰਨੀਆਂ ਕੁ ਬੇਨਤੀਆਂ ਨੇ ਬਾਈ, ਸ਼ੇਅਰ ਕਰ ਦਿਓ ਤਾਂ ਜੋ ਆਪਾਂ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਜ਼ਰੀਏ ਇੱਕ ਇਹੋ ਜਿਹਾ ਮਾਹੌਲ ਕ੍ਰੀਏਟ ਕਰ ਸਕੀਏ ਕਿ ਜੋ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਹੈ ਉਹਨੂੰ ਹੌਸਲਾ ਮਿਲੇ ਕਿ ਪੂਰਾ ਪੰਜਾਬ ਉਹਦੇ ਨਾਲ ਖੜ ਗਿਆ। ਅਸੀਂ ਸੰਸਥਾ ਨੂੰ ਵੀ ਬੇਨਤੀ ਕਰਦੇ ਹਾਂ, SGPC ਨੂੰ ਕਿ ਤੁਸੀਂ ਵੀ ਨਾਲ ਖੜੋ, ਜਥੇਦਾਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰੋ ਕਿ ਜਿਹੜੇ ਬੰਦੇ ਬੇਅਦਬੀ ਕਰਦੇ ਆ ਗੁਰੂ ਦੀ ਜਾਂ ਜਿਹੜੇ ਬੰਦੇ ਗੁਰੂ ਘਰਾਂ ਦੇ ਵਿੱਚ ਬਲਾਤਕਾਰ ਕਰਦੇ ਆ ਉਹਨਾਂ ਨੂੰ ਸਖ਼ਤ ਸਜ਼ਾਵਾਂ ਦੇਵੇ ਸਰਕਾਰ। ਜੇ ਨਹੀਂ ਦਿੰਦੀ ਤਾਂ ਫਿਰ ਇਹ ਲੜਾਈ ਲੜਨੀ ਪੈਣੀ ਹੈ। ਜਥੇਦਾਰ ਸਾਹਿਬ ਬੇਨਤੀ ਹੈ ਹੁਕਮਨਾਮਾ ਜਾਰੀ ਕਰੋ, ਨਹੀਂ ਇੱਥੇ ਬਲਾਤਕਾਰ ਵੀ ਉਸੇ ਤਰ੍ਹਾਂ ਹੁੰਦੇ ਰਹਿਣਗੇ, ਬੇਅਦਬੀਆਂ ਵੀ ਉਸੇ ਤਰ੍ਹਾਂ ਹੁੰਦੀਆਂ ਰਹਿਣਗੀਆਂ ਤੇ ਸਿੱਖਾਂ ਦੀਆਂ ਪੱਗਾਂ ਵੀ ਸਰਕਾਰਾਂ ਨੂੰ ਇਸੇ ਤਰ੍ਹਾਂ ਚੁੱਕਦੀਆਂ ਰਹਿਣਗੀਆਂ, NSA ਵੀ ਇਸੇ ਤਰ੍ਹਾਂ ਲੱਗਦੀ ਰਹੂਗੀ ਤੇ ਗੁਰਦੁਆਰਿਆਂ ਵਿੱਚ ਗੋਲੀਆਂ ਵੀ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ ਤੇ ਸਾਨੂੰ ਨੀਚਾ ਵੀ ਇਸੇ ਤਰ੍ਹਾਂ ਦਿਖਾਈ ਜਾਊਗੀ। ਅੱਜ ਸਾਡੇ ਐਂ ਲਾ ਲਓ ਵੀ ਜਿੰਨੇ ਵੀ ਬੰਦੇ ਵੱਡੀ ਕਿਰਪਾਨ ਪਾ ਕੇ ਜਹਾਜ਼ 'ਚ ਚੜ੍ਹਦੇ ਉਹਨੂੰ ਰੋਕ ਦਿੱਤਾ ਜਾਂਦਾ, ਟ੍ਰੇਨ 'ਚ ਚੜ੍ਹਦੇ ਉਹਨਾਂ ਨੂੰ ਰੋਕ ਦਿੱਤਾ ਜਾਂਦਾ। ਪਿੱਛੇ ਘਟਨਾ ਹੋਈ ਹੈ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਕਿਸਾਨਾਂ ਦੇ, ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਨੇ, ਨਾਲ ਉਹਨਾਂ ਦੇ ਬਲਦੇਵ ਸਰਸਾ ਸੀ, ਇੱਕ ਆਗੂ ਹੋਰ ਸੀ, ਉਹਨਾਂ ਨੂੰ ਰੋਕ ਹੀ ਲਿਆ ਸੀ। ਬਹਾਨਾ ਕੀ ਸੀ ਕਿ ਕਿਰਪਾਨ ਪਾਈ ਹੋਈ ਹੈ। ਜਦੋਂ ਸਾਡੇ 5 ਕਾਰਾਂ 'ਤੇ ਉਂਗਲ ਉੱਠ ਰਹੀ ਹੈ, ਜਦੋਂ ਸਾਡੇ 5 ਕਾਰਾਂ ਨੂੰ ਇੱਥੇ ਮਾਨਤਾ ਦਿੱਤੀ ਜਾ ਰਹੀ ਤੇ ਫਿਰ ਪਿੱਛੇ ਰਹਿ ਕੀ ਗਿਆ ਯਾਰ, ਪਿੱਛੇ ਕੀ ਰਹਿ ਗਿਆ ਜਦੋਂ ਸਾਡੇ 5 ਕਾਰਾਂ 'ਤੇ ਉਂਗਲ ਚੱਕਦੇ ਆ। ਇਸ ਕਰਕੇ ਪੰਜਾਬੀਓ, ਸਿੱਖ ਭਰਾਵੋ, ਤੁਸੀਂ ਇਕੱਠੇ ਹੋ ਜਾਓ, ਮੈਂ ਹੱਥ ਜੋੜਦਾ, ਆ ਛੱਡ ਦਿਓ ਖਹਿੜੇ ਕਿ ਅਸੀਂ ਫਲਾਣੇ ਧੜਿਆਂ ਦੇ ਆ, ਇਹ ਹੰਕਾਰ ਕੱਢ ਦਿਓ, ਧੌਣਾ ਦੇ ਵਿੱਚੋਂ ਕੀਲੇ ਕੱਢ ਕੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਆਪਣੀ ਕੌਮ ਦੀ ਲੜਾਈ ਲੜ ਲਓ। ਨਹੀਂ ਫਿਰ ਤੁਹਾਡੀ ਮਰਜ਼ੀ ਹੈ, ਗੁਲਾਮ ਤੁਸੀਂ ਹੈਗੇ ਹੋ, ਫਿਰ ਛਿੱਤਰ ਖਾਈ ਜਾਂਦੇ ਹੋ ਤੇ ਖਾਈ ਚੱਲੋ, ਉਹ ਤੁਸੀਂ ਜ਼ਿੰਦਗੀ ਨੰਘਾਈ ਰਹੇ ਹੋ, ਫਿਰ ਅਣਖਾਂ ਗੈਰਤਾਂ ਵਾਲੀ ਯੁਰਤਾਂ ਵਾਲੀ ਜ਼ਿੰਦਗੀ ਨਹੀਂ ਹੈਗੀ, ਇਹ ਗੁਲਾਮਾਂ ਵਾਲੀ ਜ਼ਿੰਦਗੀ ਹੈ ਜੇ ਅੱਜ ਵੀ ਨਾ ਬੋਲੇ। ਇੰਨੀਆਂ ਕੁ ਬੇਨਤੀਆਂ ਸੀ, ਮਨਜ਼ੂਰ ਕਰਿਓ, ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਪੂਰੇ ਪੰਜਾਬ ਦੇ ਵਿੱਚ ਸਾਡਾ ਸੁਨੇਹਾ ਪਹੁੰਚ ਸਕੇ। ਅਤੇ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਨੂੰ ਵੀ ਬੇਨਤੀ ਹੈ ਕਿ ਭਰਾਵਾ ਤੇਰੇ ਨਾਲ ਆਂਗੇ, ਜਿੰਨੇ ਜੋਗੇ ਹੈਗੇ ਆਂਗੇ ਤੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਿਆਂਗੇ, ਆਵਾਜ਼ ਮਾਰੀ ਅਤੇ ਹਮੇਸ਼ਾ ਤੇਰੇ ਨਾਲ ਖੜੇ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।